पीआरटीसी के कच्चे मुलाजमान ने अपनी मंगां नूं लैके संगरूर के बस स्टैंड के गेट से किया बंद। उन्हां दा कहना है कि साढ़े कंडक्टर तो दो दो बसों का काम भी करवाया जा रहा है। ਕਿੱਥੇ ਜਾਣਾ ਸੀ ਤੁਸੀਂ? ਕੁੱਛ ਨਹੀਂ ਜਾਣਾ ਭਾਈ। ਕਿਹੜੀ ਕਿਹੜੀ ਥਾਂ ਤੋਂ ਆਏ ਹੋ? ਕਿੱਥੇ ਜਾਣਾ ਤੁਸੀਂ? ਅਸੀਂ ਮੇਰੇ ਕੋਟੜੇ ਤੋਂ ਆਏ। ਤੁਹਾਨੂੰ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ? ਬਹੁਤ ਆ ਰਹੀ ਹੈ। ਉਹ ਤੁਸੀਂ ਕਿਵੇਂ ਜਾਓਗੇ? ਬੱਸ ਤਾਂ ਜਾ ਨਹੀਂ ਰਹੀ ਕੋਈ। ਦੇਖਦੇ ਵੀਰੇ ਕੋਈ ਮਿਲ ਜੇ। ਨਾਮ ਕੀ ਤੁਹਾਡਾ ਜੀ? ਮੇਰਾ ਪਿੰਕੀ ਰਾਣੀ ਜੀ। ਤੇ ਪਿੰਕੀ ਜੀ ਤੁਸੀਂ ਕਿੱਥੋਂ ਆਏ ਹੋ ਤੇ ਕੀ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ? ਮੈਂ ਸੰਗਰੂਰ ਜੌਬ ਕਰਦੀ ਹਾਂ ਬਟ ਮੈਨੇ ਧੂਰੀ ਜਾਣਾ, ਬੱਸਾਂ ਬੰਦ ਨੇ, ਕਹਿੰਦੇ ਧੂਰੀ ਬੱਸ ਜਾਣੀ ਨਹੀਂ ਅੱਜ ਤੇ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਸਾਨੂੰ। ਬਹੁਤ ਦਿਨ ਹੋ ਗਏ, ਵੈਸੇ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬੱਸਾਂ ਬੰਦ ਹੋਣ ਕਰਕੇ। ਪ੍ਰਾਈਵੇਟ ਬੱਸ ਆ ਰਹੀ ਸੀ ਬਟ ਭੀੜ ਹੋਣ ਕਰਕੇ ਕਈ ਵਾਰ ਚੜਿਆ ਜਾਂਦਾ, ਕਈ ਵਾਰ ਨਹੀਂ ਵੀ ਚੜਿਆ ਜਾਂਦਾ ਸਾਥੋਂ, ਤੇ ਉਹਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ। ਅਸ ਤਾਂ ਕੁਛ ਆਨੇ ਸਾਨੂੰ ਬੱਸਾਂ ਦੇ ਸਾਧਨ ਮਿਲੇ, ਦੇਖੋ ਰੈਗੂਲਰ ਆਉਣ ਵਾਲੇ ਬੰਦੇ ਨੂੰ ਤਾਂ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈਗੀ, ਔਰ ਸਵਾਰੀਆਂ ਇੰਨੀ ਇੰਨੀ ਦੇਰ ਖੜੀਆਂ ਰਹਿੰਦੀਆਂ ਨੇ, ਫਿਰ ਕਿਤੇ ਜਾ ਕੇ ਕਿਤੇ ਬੱਸ ਮਿਲਦੀ ਹੈਗੀ। ਰਾਜਾ ਵੜਿੰਗ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਬਸ ਵੱਧ ਤੋਂ ਵੱਧ ਸਰ ਬੱਸਾਂ ਦਾ ਹੱਲ ਜ਼ਰੂਰ ਕਰੋ ਕਿ ਜਿਹੜੀ ਸਵਾਰੀਆਂ ਨੇ ਉਹਨਾਂ ਨੂੰ ਦਿੱਕਤ ਦਾ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਸੁਖਜਿੰਦਰ ਸਿੰਘ ਹੈ ਜੀ। ਤੁਸੀਂ ਕਿਸ ਤਰ੍ਹਾਂ ਇਸ ਵੇਲੇ ਗੇਟ ਬੰਦ ਕੀਤਾ, ਕੀ ਵਜ੍ਹਾ ਕਾਰਨ ਹੋਈ? ਗੇਟ ਬੰਦ ਕਰਨ ਦਾ ਜੋ ਕਾਰਨ ਆ ਸਰ, ਉਹ ਇਹ ਆ ਵੀ ਅਸੀਂ ਪਿਛਲੀ 7 ਤਰੀਕ ਤੋਂ ਅੱਜ ਤਕਰੀਬਨ 13 ਤਰੀਕ ਹੋ ਸਕੀ ਆ, ਬਿਲਕੁਲ ਸ਼ਾਂਤਮਈ ਆਪਣਾ ਪ੍ਰੋਟੈਸਟ ਕਰ ਰਹੇ ਹਾਂ, ਆਪਣਾ ਇੱਕ ਸਾਈਡ 'ਤੇ ਬੈਠੇ ਹਾਂ, ਬਿਲਕੁਲ ਆਪਣੀਆਂ ਜੋ ਜਾਇਜ਼ ਅਤੇ ਮੰਗਾਂ ਨੇ ਉਹ ਮਨਵਾ ਰਹੇ ਹਾਂ ਸਰਕਾਰ ਤੋਂ। ਅਤੇ ਕੱਲ੍ਹ ਨੂੰ ਪੈਨਲ ਦੀ ਮੀਟਿੰਗ ਵੀ ਜੋ ਸਰਕਾਰ ਨੇ ਸਾਨੂੰ CM ਨਾਲ ਦਿੱਤੀ ਹੋਈ ਆ, ਸਾਡੀ ਸੂਬਾ ਕਮੇਟੀ ਨੂੰ, ਅਤੇ ਜੋ ਮੈਨੇਜਮੈਂਟ ਆ ਉਹ ਸਾਡੇ ਨਾਲ ਧੱਕਾ ਕਰ ਰਹੀ ਆ। ਇੱਕ ਕੰਡਕਟਰ ਤੋਂ ਦੋ ਦੋ ਗੱਡੀਆਂ ਚਲਵਾਈਆਂ ਜਾ ਰਹੀਆਂ ਨੇ ਜੋ ਕਿ ਸਰਾਸਰ ਗਲਤ ਆ। ਅਸੀਂ ਜੋ ਰੈਗੂਲਰ ਸਟਾਫ ਆ, ਇੱਕ ਕੰਡਕਟਰ ਇੱਕ ਹੀ ਗੱਡੀ ਚਲਾ ਸਕਦਾ, ਅੱਜ ਇੱਕ ਕੰਡਕਟਰ ਨੇ ਇੱਥੋਂ ਇੱਕ ਗੱਡੀ ਪਹਿਲਾਂ ਕੱਟ ਕੇ ਭੇਜਤੀ, ਰਸਤੇ 'ਚੋਂ ਵਾਪਸ ਆ ਕੇ ਦੂਸਰੀ ਗੱਡੀ ਲੈ ਗਿਆ, ਜੋ ਪਹਿਲੀ ਗੱਡੀ ਲੈ ਕੇ ਗਿਆ ਸੀ ਉਹ ਸੰਗਰੂਰ ਤੋਂ ਲੈ ਕੇ ਪਟਿਆਲੇ ਤੱਕ ਨੌਨ ਸਟੋਪ ਬਿਨਾਂ ਕਿਸੇ ਅੱਡੇ ਤੋਂ ਰੁਕੇ ਹੋਏ ਉਹ ਸੰਗਰੂਰ ਤੱਕ ਗਈ ਆ, ਆਪਣਾ ਪਟਿਆਲੇ ਤੱਕ ਗਈ ਆ ਗੱਡੀ, ਅਤੇ ਉਸ ਤੋਂ ਬਾਅਦ ਦੂਸਰੀ ਗੱਡੀ ਨੂੰ ਲੈ ਕੇ ਗਿਆ ਉਹ ਸਾਥੀ, ਅਤੇ ਇਸੇ ਤਰ੍ਹਾਂ ਹੀ ਉਹ ਉੱਧਰੋਂ ਦੂਸਰੀ ਅਤੇ ਉੱਧਰੋਂ ਕੀ ਉਹਨੇ ਇਹੀ ਕੀਤਾ ਵੀ ਇੱਕ ਗੱਡੀ ਕੱਟ ਕੇ ਉਹ ਗੱਡੀ ਭੇਜਤੀ। ਪਰ ਉਹ ਗੱਡੀ ਜਦੋਂ ਸੰਗਰੂਰ ਆ ਕੇ ਚੈੱਕ ਕੀਤੀ ਗਈ, ਉਹਦੇ ਵਿੱਚ ਦੋ ਸਵਾਰੀਆਂ ਬਿਨਾਂ ਟਿਕਟ ਤੋਂ ਪਾਈਆਂ ਗਈਆਂ ਜੋ ਕਿ ਫਰੋਡ ਆ ਮਹਿਕਮੇ ਦੇ ਨਾਲ, ਅਤੇ ਇਹ ਸਰਾਸਰ ਗਲਤ ਹੈ। ਇੱਕ ਕੰਡਕਟਰ ਇੱਕ ਹੀ ਗੱਡੀ ਲੈ ਕੇ ਜਾ ਸਕਦਾ, ਜਿਹੜੀ ਗੱਡੀ ਪਹਿਲਾਂ ਸੰਗਰੂਰੋਂ ਚੱਲੀ ਉਹ ਨੌਨ ਸਟੋਪ ਪਟਿਆਲੇ ਪਹੁੰਚੀ, ਜੋ ਪਟਿਆਲੇ ਤੋਂ ਕੀ ਤੁਹਾਡਾ ਜੀ? ਮੇਰਾ ਨਾਮ ਅਵਤਾਰ ਸਿੰਘ ਹੈ ਜੀ, PRTC ਸੂਬਾ ਆਗੂ ਸੰਗਰੂਰ। ਮੈਂ ਇਹ ਦੱਸ ਦੇਣਾ ਚਾਹੁੰਦਾ ਜੀ, ਅਸੀਂ ਬੜੀ ਪੀਸਫੁੱਲ ਪਿਛਲੇ 6-7 ਦਿਨਾਂ ਤੋਂ ਆਪਣੀ ਜੋ ਅਣਮਿੱਥੇ ਸਮੇਂ ਦੀ ਹੜਤਾਲ ਆ ਬੈਠੇ ਹਾਂ, ਸਾਡੀ ਕੱਲ੍ਹ ਨੂੰ CM ਨਾਲ ਮੀਟਿੰਗ ਵੀ ਹੈ। ਸੋ ਇਸਦੇ ਤਹਿਤ ਅਸੀਂ ਪਿਛਲੇ 2 ਦਿਨਾਂ ਤੋਂ ਇਹ ਸਾਨੂੰ ਦੇਖਣ ਨੂੰ ਆਇਆ ਕਿ ਅਲੀਗਲ ਤਰੀਕੇ ਨਾਲ ਬਿਨਾਂ ਕਨੈਕਟਰਾਂ ਤੋਂ ਬੱਸਾਂ ਚੱਲ ਰਹੀਆਂ ਨੇ ਸੰਗਰੂਰ ਤੋਂ ਪਟਿਆਲੇ ਤੱਕ ਨੌਨ ਸਟੋਪ ਗੱਡੀਆਂ। ਉਹਦੇ ਤਹਿਤ ਅਸੀਂ ਜੋ ਇੱਥੇ ਦੀ ਮੈਨੇਜਮੈਂਟ ਹੈ ਉਹਨੂੰ ਦੱਸ ਚੁੱਕੇ ਹਾਂ ਵੀ ਅਗਰ ਤੁਸੀਂ ਇਹ ਬੰਦ ਨਾ ਕਰਿਆ ਸਾਨੂੰ ਆਖਿਰਕਾਰ ਨੂੰ ਗੇਟ ਬੰਦ ਕਰਨੇ ਪੈਣਗੇ। ਸੋ ਉਹਦੇ ਤਹਿਤ ਅੱਜ ਸਵੇਰੇ ਸਾਡੀ ਜੋ ਮੌਕੇ ਦੇ DI ਸਾਹਿਬ ਉਹਨਾਂ ਨਾਲ ਗੱਲ ਵੀ ਹੋਈ ਫੋਨ 'ਤੇ ਔਨ ਰਿਕਾਰਡ,
जिदे असी उन्होंने जेड़े कनैक्टर के तहत अज ये अड्डा बंद होया उ कनैक्टर सवेरे दो गड्डिया लैके गया रस्ते कार से उतर के आया। सो मैं दस देना चाहना इतों अगर संगरूर तो पटियाला जाना हो एक घंटा 15 मिनट लगते हैं। तुसी ये कहड़े कैटागरी के कानून चाहता भी एक कनैक्टर दो गड्डिया लैके जाए जो कि हो सकता भी एक घंटे 15 मिनट के दो कनैक्टर ये कट्टे जा। सो असं ये मंग करते हैं प्रशासन तो भी तो इतने की मैनेजमेंट तो भी जोड़ा फ्रॉड का केस आनते ही कार्रवाई की जाए तो जोड़ा फ्रॉड आदि तहत परचा भी दर्ज किया जाए। ये कोई नहीं पता पी आर टी सी का कि नुकसान करे जिदे दो असी सवारी साढ़े को ऑन रिकॉर्ड वो वीडियो आ बिना टिकट तो पाई गई हो सकता है उन्होंने मैनेजमेंट ने तंग किया हो दो गड्डिया चला ये जी जो ये गल कहता भी उन्होंने मैनेजमेंट ने तंग करे।